ਇਹ ਚੋਣਾ ਪਹਿਲਾਂ ਵੀ ਬਹੁਤ ਲੜੀਆਂ ਤੁਸੀਂ ਇਸ ਵਾਰ ਦੀ ਹਲਕਾ ਫਰੀਦਕੋਟ ਦੀ ਚੋਣ ਤੁਹਾਡੇ ਲਈ ਖਾਸ ਕਿਵੇਂ ਬਣ ਗਈ ਇਸ ਵਾਰੀ ਜੀ ਇਹ ਹੈ ਵੀ ਪਹਿਲਾਂ ਮੈਂ ਨਾ ਕਿਸੇ ਨਾ ਕਿਸੇ ਪਾਰਟੀ ਵੱਲੋਂ ਲੜੀਆਂ ਤੇ ਇਸ ਵਾਰੀ ਮੈਂ ਚੋਣ ਆਜ਼ਾਦ ਲੜ ਰਿਹਾ ਜੀ ਮੈਨੂੰ ਹੁਣ ਵੀ ਸੰਗਤ ਨੇ ਬਹੁਤ ਕਿਹਾ ਇਹ ਨਹੀਂ ਆ ਵੀ ਬਈ ਕੋਈ ਮੈਨੂੰ ਕਹਿੰਦਾ ਕੋਈ ਉਹਨਾਂ ਨੇ ਵੀ ਮੈਨੂੰ ਬਹੁਤ ਕਿਹਾ ਦੱਸਿਆ ਵੀ ਬਾਈ ਜੀ ਜੇ ਤੁਸੀਂ ਇਸ ਵਾਰ ਵੀ ਕਿਸੇ ਵੀ ਪਾਰਟੀ ਵੱਲੋਂ ਲੜਦੇ ਨਾ ਤੁਸੀਂ ਜਿੱਤਦੇ ਨਹੀਂ ਸੀ ਹਾਂ ਬਈ ਤੁਹਾਨੂੰ ਵੋਟ ਇੰਨਾ ਜੋ ਸਮਰਥਨ ਮਿਲਿਆ ਹੈ ਬਈ ਇੰਨਾ ਸਮਰਥਨ ਨਹੀਂ ਸੀ ਮਿਲਣਾ ਤੇ ਉਹ ਕਹਿੰਨੇ ਆ ਜੀ ਬਈ ਤੁਹਾਡੇ ਨਾ ਇਹ ਜਿਹੜੀਆਂ ਪਾਰਟੀਆਂ ਦੇ ਨਾਲ ਤੁਸੀਂ ਤਾਲਮੇਲ ਕਰਕੇ ਇਲੈਕਸ਼ਨ ਲੜਦੇ ਹੋ ਇਨ ਸਾਰੀਆਂ ਪਾਰਟੀਆਂ ਨਾਲੋਂ ਤੁਹਾਡੇ ਪਿਤਾ ਜੀ ਦਾ ਨਾਮ ਬਹੁਤ ਵੱਡਾ ਹੈ। ਭਈ ਤੁਸੀਂ ਪਾਰਟੀਆਂ ਦੇ ਚੱਕਰਾਂ 'ਚ ਨਾ ਪਿਆ ਕਰੋ। ਜਦੋਂ ਵੀ ਲੜਨਾ ਹੈ ਇਲੈਕਸ਼ਨ ਆਪਣੇ ਬਾਪੂ ਜੀ ਦੇ ਨਾਂ ਤੇ ਹੀ ਲੜਨਾ ਹੈ। ਤੁਹਾਨੂੰ ਵੀ ਇਹ ਗੱਲ ਮਹਿਸੂਸ ਹੋਈ ਕਿ ਵਾਕਈ ਪਾਰਟੀਆਂ ਦਾ ਉਹ ਸੁਖ ਨਹੀਂ ਰਿਹਾ ਜੋ ਕਿ ਇੱਕ ਆਜ਼ਾਦ ਹਸਤੀ ਦਾ ਹੁੰਦਾ। ਨਹੀਂ ਉਹ ਨਹੀਂ ਗੱਲ ਇਹ ਹੈ ਗੱਲ ਵੀ ਇੱਕ ਤਾਂ ਜਿਹੜੀਆਂ ਪਾਰਟੀਆਂ ਐ ਪਾਰਟੀਆਂ ਵੈਸੇ ਬਦਨਾਮ ਐ ਇਹਨਾਂ ਨੇ ਇਹ ਕਰਦੇ ਕੁਛ ਨਹੀਂ ਹੁਣ ਪਹਿਲਾਂ ਤਾਂ ਇਹ ਹੁੰਦਾ ਸੀ ਜੀ ਕੋਈ ਮੁੱਦੇ ਕਈ ਕਈ ਇਲੈਕਸ਼ਨਾਂ 'ਚ ਚੱਲ ਜਾਂਦੇ ਸੀ ਹੁਣ ਉਹ ਕੰਮ ਨਹੀਂ ਰਿਹਾ ਹੁਣ ਲੋਕ ਅਵੇਅਰ ਹੋ ਗਏ ਤੁਹਾਨੂੰ ਕਿਹੜੀ ਕਿਹੜੀ ਪਾਰਟੀ ਨੇ ਅਪਰੋਚ ਕੀਤਾ ਹੁਣ ਤੱਕ ਸਿਆਸੀ ਸਫ਼ਰ 'ਚ ਬਹੁਤ ਕੀਤਾ ਜੀ ਮੈਂ ਨਹੀਂ ਕਿਸੇ ਵੱਲੋਂ ਇਲੈਕਸ਼ਨ ਲੜਿਆ ਜੀ ਹਾਂ ਬਹੁਤ ਪਾਰਟੀਆਂ ਨੇ ਕੀਤਾ ਸਾਰੀਆਂ ਚਾਹੇ ਸੱਜੀਆਂ ਧਿਰਾਂ ਸੀ ਚਾਹੇ ਕੋਈ ਖੱਬੀਆਂ ਸੀ ਜਾਂ ਹੋਰ ਸਾਰਿਆਂ ਨੇ ਅਪਰੋਚ ਕੀਤੀ ਹਾਂਜੀ 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 ਸਾਰਿਆਂ ਨੇ ਕੀਤਾ ਜੀ ਇਸ ਵਾਰ ਦੀ ਇਲੈਕਸ਼ਨ ਦੇ ਸਮੀਕਰਨ ਜਿਹੜੇ ਬਦਲੇ ਆ ਕੁਝ ਦਿਨਾਂ ਦੇ ਵਿੱਚ ਚਰਚਾ ਜ਼ਿਆਦਾ ਹੋ ਰਹੀ ਹੈ ਸੀਟ ਤੇ ਤੁਹਾਡੇ ਉਮੀਦਵਾਰ ਦੇ ਨਾਮ ਨੂੰ ਲੈ ਕੇ ਅਸੀਂ ਪਿੰਡਾਂ 'ਚ ਗਏ ਆ ਉੱਥੇ ਦੱਬਵੀਂ ਆਵਾਜ਼ ਵਿੱਚ ਲੋਕ ਬਹੁਤ ਸਾਰੇ ਕਹਿ ਰਹੇ ਆ ਕਿ ਅਸੀਂ ਇਸ ਵਾਰ ਖਾਲਸਾ ਜੀ ਨੂੰ ਵੋਟ ਪਾਉਣੀ ਹੈ ਕਿਉਂਕਿ ਬਾਕੀਆਂ ਤੋਂ ਅੱਕੇ ਪਏ ਆ ਕਿ ਤੁਹਾਨੂੰ ਵੀ ਇਸ ਤਰ੍ਹਾਂ ਦਾ ਦੱਬਵੀਂ ਆਵਾਜ਼ ਚ ਹੰਗਾਰਾ ਮਿਲਦਾ ਹੈ ਜਾਂ ਸ਼ਰਿਆਮ ਮੈਨੂੰ ਸ਼ਰਿਆਮ ਮਿਲਦਾ ਹੈ ਜੀ ਦੱਬਵੀਂ ਆਵਾਜ਼ ਵੀ ਮਿਲਦਾ ਹੈ ਨੋ ਡਾਊਟ ਪਰ ਜਿਆਦਾ ਖੁੱਲੇ ਹੀ ਮਿਲਦਾ ਜਿਹੜੇ ਦਬੀਵਾਚ ਉਹ ਐ ਜਿਹੜੇ ਅਹੁਦੇਦਾਰ ਹੈ। ਹੂੰ ਹੋਰ ਪਾਰਟੀਆਂ ਦੇ ਜਾਂ ਜਿਨ੍ਹਾਂ ਨੇ ਹੋਰ ਪਾਰਟੀਆਂ ਨਾਲ ਵਰਕ ਕੀਤਾ ਹੈ। ਹੂੰ ਉਹ ਬੰਦੇ ਦਬੀਵਾਚ ਕਹਿੰਨੇ ਬਾਕੀ ਤਾਂ ਸਾਰੇ ਅਹੁਦੇਦਾਰਾਂ ਦੀ ਤੁਸੀਂ ਗੱਲ ਕਰਦੇ ਹੋ ਮਤਲਬ ਅਕਾਲੀ ਦਲ ਵਾਲੇ ਹੋ ਗਏ ਕਾਂਗਰਸੀ ਹੋ ਗਏ ਝਾੜੂ ਵਾਲੇ ਹੋ ਗਏ ਅਹੁਦੇਦਾਰ ਵੀ ਤੁਹਾਡੇ ਨਾਲ ਤੁਰਨ ਨੂੰ ਤਿਆਰ ਬੈਠੇ ਆ। ਤੁਰਪੇ ਜੀ ਤਿਆਰ ਨਹੀਂ ਬੈਠੇ ਤੁਰਪੇ। ਹਾਂ। ਤੁਸੀਂ ਇੱਕ ਇੰਟਰਵਿਊ ਤੁਹਾਡਾ ਸੁਣਿਆ ਉਹਦੇ ਵਿੱਚ ਕਿਹਾ ਕਿ ਕਈ ਪਿੰਡਾਂ ਨੇ ਤਾਂ ਮੈਨੂੰ ਇਹ ਵੀ ਭਰੋਸਾ ਦੇ ਦਿੱਤਾ ਕਿ ਬਾਕੀ ਪਾਰਟੀਆਂ ਦੇ ਬੂਥ ਤੱਕ ਨਹੀਂ ਲੱਗੇ 60 ਪਿੰਡਾਂ ਦੇ ਵਿੱਚ ਇਕੱਲੇ ਆਪਣੇ ਬੂਥ ਲੱਗਣਗੇ ਕਟੂਗੜ ਪਿਆ 50 ਹਾਂ ਮਤਲਬ ਉਹਨਾਂ ਪਿੰਡਾਂ ਵਿੱਚ ਬਾਕੀ ਕਿਸੇ ਪਾਰਟੀ ਦਾ ਬੂਥ ਨਹੀਂ ਲੱਗੇਗਾ ਜੀ ਹਾਂ ਜਦੋਂ ਵੀ ਕੋਈ ਉਮੀਦਵਾਰ ਚੋਣ ਮੈਦਾਨ 'ਚ ਨਿਤਰਦਾ ਨਾ ਉਹਦਾ ਕੋਈ ਏਜੰਡਾ ਇੱਕ ਮਕਸਦ ਸਾਫ਼ ਹੁੰਦਾ ਹੈ ਤੁਹਾਡਾ ਏਜੰਡੇ ਕੀ ਨੇ ਮੇਰੇ ਏਜੰਡੇ ਜੀ ਨਸ਼ਿਆਂ ਦਾ ਏਜੰਡਾ ਹੈ ਕਿਸਾਨੀ ਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਹੈ ਬਹੁਤ ਏਜੰਡੇ ਆ ਜੀ ਪਾਣੀਆਂ ਦਾ ਮੁੱਦਾ ਹੈ ਹਾਂਜੀ ਮਤਲਬ ਪੰਜਾਬ ਦੇ ਜਿੰਨੇ ਵੀ ਅਧਿਕਾਰ ਆ ਜਿਹਨਾਂ ਨੂੰ ਖੋਲੇ ਕੀਤਾ ਗਿਆ ਉਹ ਤੁਹਾਡੀ ਲੜਾਈ ਆ ਬਿਲਕੁਲ ਜੀ ਬਿਲਕੁਲ ਜਿਹੜੇ ਉਹ ਏਜੰਡੇ ਆ ਜਿਨ੍ਹਾਂ ਤੇ ਲੋਕਾਂ ਨੇ ਜੇ ਉਹਨਾਂ ਨੂੰ ਕਿਸੇ ਨੇ ਕਿਹਾ ਉਹਨਾਂ ਨੇ ਵੀ ਅਸੀਂ ਇਹਨਾਂ ਦਾ ਹੱਲ ਕਰਾਂਗੇ ਉਹਨਾਂ ਦੀ ਸਰਕਾਰ ਬਣਾਤੀ ਪਰ ਸਰਕਾਰ ਬਣਨ ਤੋਂ ਬਾਅਦ ਲੋਕ ਭੁੱਲ ਗਏ ਤੇ ਮੈਂ ਮੇਰਾ ਇਲੈਕਸ਼ਨ ਲੜਨ ਦਾ ਮਨ ਨਹੀਂ ਸੀ ਨਾ ਮੈਂ ਲੜਨਾ ਸੀ ਇਹ ਤਾਂ ਮੈਨੂੰ ਸੰਗਤ ਹੀ ਲੈ ਕੇ ਆਈ ਹੈ ਬਾਈ ਜੀ ਵੀ ਆਪਣੇ ਏਜੰਡੇ ਆ ਇਹਨਾਂ ਦਾ ਹੱਲ ਨਹੀਂ ਕੋਈ ਵੀ ਕਰਦਾ ਬਈ ਤੁਸੀਂ ਆਓ ਆਪਾਂ ਕੋਈ ਨਾ ਕੋਈ ਗੱਲ ਤੋਰੀਏ ਹਾਂ ਤੁਸੀਂ ਅਵੇਦ ਵੀ ਦੀ ਵੀ ਗੱਲ ਕੀਤੀ ਇੱਕ ਬੜਾ ਹੈ ਮੁੱਦਾ ਹੈ ਉਸ ਨੂੰ ਵਿਸਾਰ ਹੀ ਦਿੱਤਾ ਗਿਆ ਇਸ ਚੋਣ ਵਿੱਚ ਤਾਂ ਮੁੱਦਾ ਤੱਕ ਨਹੀਂ ਬਣਿਆ ਇਸ ਦੇ ਉੱਤੇ ਸਿਆਸਤ ਪਹਿਲਾਂ ਬਹੁਤ ਜ਼ਿਆਦਾ ਦਾਨੀ ਨਾ ਬਣਿਆ ਤਿੰਨੇ ਦਾ ਤਿੰਨੇ ਸਰਕਾਰਾਂ ਨੇ ਤਿੰਨੇ ਪਾਰਟੀਆਂ ਨੇ ਸਰਕਾਰ ਬਣਾ ਲਈ ਇਸ ਮੁੱਦੇ ਤੇ ਹੁਣ ਹੱਲ ਉਹਦਾ ਕੀਤਾ ਨਹੀਂ ਦੋਸ਼ੀਆਂ ਨੂੰ ਸਜ਼ਾ ਮਿਲੀ ਨਹੀਂ ਫਿਰ ਹੁਣ ਕੀ ਕਹਿਣਗੇ ਦੁਬਾਰਾ ਜਾ ਕੇ ਲੋਕਾਂ 'ਚ ਕਹਿਣ ਜੋਗੇ ਨਹੀਂ ਨਾ ਕੁਝ ਰਹੀਂ ਜਿਹੜੀ ਬੇਸਿਕ ਗੱਲ ਹੈ ਕਹੋਗੇ ਤਾਂ ਤਾਂ ਤੁਸੀਂ ਜੇ ਤੁਸੀਂ ਕੋਈ ਹੱਲ ਕੀਤਾ ਹੋਵੇ ਹੱਲ ਤਾਂ ਇਹਨਾਂ ਨੇ ਕੀਤਾ ਨਹੀਂ ਉਹਦਾ ਕੋਈ ਇਹਨਾਂ ਪਾਰਟੀਆਂ ਜਦੋਂ ਕੋਈ ਹੱਲ ਨਹੀਂ ਕਰਦਾ ਇੱਕ ਆਜ਼ਾਦ ਹਸਤੀਆਂ ਉੱਠਦੀਆਂ ਨੇ ਚਾਹੇ ਆਜ਼ਾਦ ਉਮੀਦਵਾਰਾਂ ਦੇ ਕਾਫੀ ਚਰਚਾ ਹੈ ਅੱਜਕੱਲ ਦਲ ਬਦਲਣਾਂ ਦੀ ਦਿੱਥੇ ਚਰਚਾ ਹੈ ਉੱਥੇ ਆਜ਼ਾਦ ਉਮੀਦਵਾਰਾਂ ਦਾ ਵੀ ਹੈ ਆਜ਼ਾਦ ਉਮੀਦਵਾਰਾਂ ਨੂੰ ਤੁਹਾਨੂੰ ਕਿਉਂ ਲੱਗਦਾ ਹੈ ਕਿ ਆਜ਼ਾਦ ਉਮੀਦਵਾਰਾਂ ਤੇ ਲੋਕਾਂ ਨੇ ਭਰੋਸਾ ਵੱਧ ਕਰਨਾ ਸ਼ੁਰੂ ਕਰ ਦਿੱਤਾ ਮੈਂ ਇੱਕ ਗੱਲ ਦੇਖੀ ਹੈ ਜੀ ਮੈਂ ਅਪੀਲ ਵੀ ਕਰਦਾ ਬਈ ਸਗੋਂ ਇੱਕ ਵਾਰੀ ਸਾਰੀ ਸੰਗਤਾਂ ਨੂੰ ਅਪੀਲ ਕਰਦਾ ਪੰਜਾਬ ਦੀਆਂ ਨੂੰ ਬਈ ਤੁਸੀਂ ਨਾ ਇੱਕ ਵਾਰੀ ਸਾਰੀ ਆਜ਼ਾਦ ਚ ਚਾਦੋ ਦੇਖੋ ਫਿਰ ਤੁਹਾਨੂੰ ਪੰਜਾਬ ਚ ਫਰਕ ਲੱਗੂਗਾ ਮਹਿਸੂਸ ਹੋਊਗਾ ਤੁਹਾਨੂੰ ਫਰਕ ਹਾਂ ਫਿਰ ਜੇ ਸਾਰੇ ਆਜ਼ਾਦ ਆਪੋ ਆਪਣੀ ਵਿਚਾਰਧਾਰਾ ਨੂੰ ਪਾਰਲੀਮੈਂਟ ਪਹੁੰਚ ਗਏ ਕਹਿੰਦੇ ਫਿਰ ਉੱਥੇ ਇਕੱਲਾ ਕਹਿਰਾ ਬੰਦਾ ਨਹੀਂ ਕੁਝ ਕਰ ਸਕਦਾ ਇੰਨੀ ਪਰ ਨਹੀਂ ਸਾਰਾ ਕੁਝ ਹੀ ਹੋਊਗਾ ਜੀ ਆਜ਼ਾਦ ਜਿਹੜੇ ਲੜ ਰਹੇ ਆ ਉਹ ਸਰਕਾਰਾਂ ਤੋਂ ਤੰਗ ਹੋ ਕੇ ਲੜ ਰਹੇ ਆ ਤਕਰੀਬਨ ਸਾਰਿਆਂ ਦੇ ਜਿਹੜੀ ਮਤਲਬ ਮੋਨੋਪੋਲੀ ਹੈ ਕੀ ਹੈ ਹਾਂ ਵੀ ਜਿਹੜੀਆਂ ਸਰਕਾਰਾਂ ਲਾਰੇ ਲਾਨੀਆਂ ਉਹ ਪੂਰੇ ਨਹੀਂ ਕਰਦੀਆਂ ਮਹਾਰਾਜ ਦੀ ਬੇਅਦਬੀ ਕਿਸਾਨੀ ਦੇ ਮੁੱਦੇ ਇਹੀ ਮੁੱਦੇ ਆ ਜੀ ਸਾਰਿਆਂ ਦੇ ਬੰਦੀ ਸਿੰਘਾਂ ਨੂੰ ਮੁੱਦਾ ਧਿਆਨ ਚ ਰੱਖ ਕੇ ਸ਼੍ਰੋਮਣੀ ਅਕਾਲੀ ਦਲ ਨੇ ਜਿਮਣੀ ਚੋਣ ਲੜੀ ਐ ਸੰਗਰੂਰ ਚ ਤੁਸੀਂ ਉਦੋਂ ਵੀ ਪ੍ਰਚਾਰ ਸ਼ਾਇਦ ਕੀਤਾ ਉਦੋਂ ਲੋਕਾਂ ਨੇ ਹੰਗਾਰਾ ਕਿਉਂ ਨਹੀਂ ਭਰਿਆ ਕਿ ਬੰਦੀ ਸਿੰਘਾਂ ਨੂੰ ਤੇ ਰਿਹਾਈ ਹੋਣੀ ਚਾਹੀਦੀ ਐ ਲੋਕਾਂ ਨੂੰ ਵੋਟ ਪਾਉਣੀ ਚਾਹੀਦੀ ਸੀ ਪਰ ਉੱਥੇ ਨਹੀਂ ਜਤਾਇਆ ਗਿਆ ਜਦੋਂ ਕਮਲਦੀਪ ਕੌਰ ਨੂੰ ਜਿਹੜੇ ਨਹੀਂ ਜੀ ਗੱਲ ਨਾ ਹੁਣ ਦੇਖੋ ਲੋਕ ਐ ਸਿਆਣੇ ਹੁਣ ਇਹ ਜਿਹੜਾ ਹੁਣ ਅਕਾਲੀ ਦਲ ਬਾਦਲ ਕਹਿੰਦਾ ਹੈ ਜੀ ਬੰਦੀ ਸਿੰਘਾਂ ਦੇ ਮੁੱਦੇ ਬੰਦੀ ਸਿੰਘਾਂ ਦੇ ਮੁੱਦੇ ਇਹਨਾਂ ਲਈ ਤਾਂ ਚੀਜ਼ ਹੀ ਕੁਝ ਨਹੀਂ ਸੀ ਆਹ ਕੰਮ ਸੀ ਇਹਨਾਂ ਦਾ ਐਵੇਂ ਬਾਦਲ ਸਾਹਿਬ ਨੇ ਆਰਡਰ ਕਰਨਾ ਸੀ ਛੱਡ ਦੋ ਉਹਨਾਂ ਨੇ ਛੱਡ ਦੇਣੇ ਸੀ ਤੁਸੀਂ ਚੋਣ ਲੜਨ ਜਦੋਂ ਲੜੀਆਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਦੇ ਦਲ ਨੂੰ ਵੀ ਬਹੁਤ ਜ਼ਿਆਦਾ ਸਮਰਥਨ ਕੀਤਾ ਕਿ ਉਹ ਇੱਕ ਵਧੀਆ ਏਜੰਡੇ ਤੋਂ ਤੇ ਸਟੈਂਡ ਤੇ ਤਾਂ ਕੈਮ ਰਹਿੰਦੇ ਆ ਅੱਜ ਇਸੇ ਸੀਟ ਦੇ ਉੱਤੇ ਤੁਹਾਡੇ ਮੁਕਾਬਲੇ ਵਿੱਚ ਉਹਨਾਂ ਦਾ ਉਮੀਦਵਾਰ ਵੀ ਮੈਦਾਨ 'ਚ ਉਹਨਾਂ ਦੀ ਮਰਜ਼ੀ ਜੀ ਹੁਣ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਬਸ ਮੈਂ ਇੰਨਾ ਹੀ ਕਹਿਣਾ ਚਾਹੂੰਗਾ ਵੀ ਮੈਂ ਕਦੇ ਸਿਮਰਨਜੀਤ ਸਿੰਘ ਮਾਂ ਤੋਂ ਟਿਕਟ ਨਹੀਂ ਮੰਗੀ। ਮੈਂ ਨਹੀਂ ਗਿਆ ਨਾ ਮੈਂ 2004 ਚ ਗਿਆ ਵੀ ਮੈਨੂੰ ਇਲੈਕਸ਼ਨ ਲੜਾਓ ਨਾ ਮੈਂ 2007 ਚ ਗਿਆ ਵੀ ਮੈਨੂੰ ਇਲੈਕਸ਼ਨ ਲੜਾਓ ਆਪੇ ਹੀ ਆਏ ਸੀ 2009 ਚ ਵੀ ਆਏ ਸੀ ਮੈਂ ਜਵਾਬ ਦੇਦਾ ਵੀ ਮੈਂ ਨਹੀਂ ਲੜਿਆ ਤਾਂ ਬਾਕੀ ਉਮੀਦਵਾਰਾਂ 'ਚ ਅਸੀਂ ਦੇਖ ਰਹੇ ਹਾਂ ਕੁਝ ਕੁ ਉਮੀਦਵਾਰ ਆ ਜਿਹੜੇ ਏਜੰਡੇ ਜਾਂ ਸਿੱਖ ਪੰਥ ਦੀ ਪੰਥਕ ਸਿਆਸਤ ਦੀ ਜਾਂ ਪੰਜਾਬ ਦੇ ਅਧਿਕਾਰਾਂ ਦੀ ਗੱਲ ਕਰ ਰਹੇ ਆ ਬਾਕੀ ਹਾਲੇ ਵੀ ਚੁਣ ਕੇ ਪਹਿਲਾਂ ਗੱਲ ਘੋਰ ਕਰਦੇ ਆ ਬਾਅਦ 'ਚ ਗਲੀਆਂ ਨਾਲੀਆਂ ਤੱਕ ਲੈ ਜਾਂਦੇ ਆ ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦਾ ਹੈ ਬਦਲ ਕਿਉਂ ਜਾਂਦੇ ਆ ਸੁਰ ਜਦੋਂ ਬੰਦਾ ਪਾਰਲੀਮੈਂਟ ਦੀਆਂ ਪੌੜੀਆਂ ਚੜ ਜਾਂਦਾ ਪਾਰਲੀਮੈਂਟ ਦੀਆਂ ਵੀ ਹੁਣ ਸਰਕਾਰਾਂ ਦੀਆਂ ਵੀ ਦੇਖੋ ਜੀ ਆ ਜਿਹੜੇ ਕੱਚੇ ਟੀਚਰ ਐ ਹੋਰ ਐ ਉਹ ਜਦੋਂ ਕੁੜੀਆਂ ਦੀ ਮਤਲਬ ਚੁੰਨੀਆਂ ਨੂੰ ਹੱਥ ਪੈਂਦਾ ਸੀ ਉਦੋਂ ਭਗਵੰਤਮਾਨ ਉੱਥੇ ਜਾਂਦਾ ਸੀ ਭੱਜ ਕੇ ਜਾ ਕੇ ਟੈਂਕੀ ਤੇ ਚੜ ਜਾਂਦਾ ਸੀ ਮੈਂ ਇਹਨਾਂ ਦੇ ਨਾਲ ਹੁਣ ਦੇਖੋ ਵਿਚਾਰੀ ਕੁੜੀ ਨੇ ਕਿੰਨਾ ਕਿਹਾ ਤੁਸੀਂ ਵੀਡੀਓ ਦੇਖੀ ਕਹਿੰਦੀ ਭਗਵੰਤਮਾਨ ਦੇਖ ਤੇਰੀ ਸਰਕਾਰ ਚ ਵੀ ਮੇਰੀ ਚੁੰਨੀ ਲਹਿ ਗਈ ਤੇ ਉਦੋਂ ਤਾਂ ਤੁਸੀਂ ਵੀ ਬਹੁਤ ਭੱਜ-ਭੱਜ ਜਾਂਦੇ ਸੀ ਵੀ ਅਸੀਂ ਹੱਲ ਕਰਾਂਗੇ ਬਸ ਸਿਰ ਬੇਵਕੂਫੀ ਬਣਾਉਂਦੇ ਸੀ ਲੋਕਾਂ ਦਾ ਮਤਲਬ ਵਿਰੋਧੀ ਢੇਰ ਵਾਲੇ ਪਾਸੇ ਬਹਿ ਕੇ ਗੱਲਾਂ ਹੋਰ ਸੱਤਾ ਹਾਂ ਬੱਸ 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 ਗੱਲ ਇਹ ਹੈ ਵੀ ਇਹਨਾਂ ਨੂੰ ਸਿਰਫ ਪਾਵਰ ਚਾਹੀਦੀ ਹੈ ਹਾਂ ਇੱਥੇ ਨਾ ਤੁਹਾਡੇ ਮੁਕਾਬਲੇ 'ਚ ਇੱਕ ਉਮੀਦਵਾਰ ਦੀ ਬੜੀ ਚਰਚਾ ਰਹੀ ਕਹਿੰਦੇ ਜਿੱਤ ਦੇ ਸਭ ਤੋਂ ਵੱਡੇ ਦਾਵੇਦਾਰ ਹੀ ਕਰਮਜੀਤ ਅਨਮੋਲ ਨੇ ਕਲਾਕਾਰਾਂ ਦੀ ਫੌਜਾਂ ਦੀਆਂ ਫੌਜਾਂ ਆਈਆਂ ਨੇ ਨਾਮਜ਼ਦੀ ਪੱਤਰ ਭਰਉਣ ਵੀ ਅੱਗੇ ਪਿੱਛੇ ਵੀ ਪ੍ਰਚਾਰ ਕਰਦੇ ਆ ਉਹਨੂੰ ਤੁਸੀਂ ਕਿਵੇਂ ਵਾਚਿਆ ਨਿੱਜੀ ਤੌਰ ਤੇ ਗੱਲ ਪਤਾ ਕੀ ਹੈ ਜੀ ਜਿਹੜਾ ਕਰਮਜੀਤ ਅਨਮੋਲ ਹੈ ਨਾ ਇਹ ਨਕਲੀ ਹੀਰੋ ਹੈ ਨਕਲੀ ਹੀਰੋ ਐ ਨਕਲੀ ਗੋਲੀਆਂ ਖਾਨਦੇ ਆ ਤੇ ਜਿਹੜੇ ਸਾਡੇ ਬਾਪੂ ਜੀ ਐ ਸ਼ਹੀਦ ਭਾਈ ਬਿਆਨ ਸਿੰਘ ਉਹ ਅਸਲੀ ਹੀਰੋ ਐ ਉਹਨਾਂ ਨੇ ਅਸਲੀ ਗੋਲੀਆਂ ਖਾਧੀਆਂ ਇਹਨਾਂ ਨੂੰ ਕਹੋ ਵੀ ਪਹਿਲਾਂ ਅਸਲੀ ਹੀਰੋ ਬਣੋ ਇੱਕ ਗੋਲੀ ਖਾ ਕੇ ਦੇਖੋ ਠੀਕ ਐ ਫਿਰ ਪਤਾ ਲੱਗਦਾ ਵੀ ਨਸਲੀ ਅਸਲੀ ਤੇ ਨਕਲੀ 'ਚ ਫਰਕ ਕੀ ਐ ਇਹਨਾਂ ਦਾ ਜਿਹੜਾ ਪ੍ਰੋਫੈਸ਼ਨ ਐ ਇਹਨਾਂ ਦਾ ਪ੍ਰੋਫੈਸ਼ਨ ਐ ਐਕਟਿੰਗ ਇਹਨਾਂ ਨੂੰ ਜਾਣਾ ਚਾਹੀਦਾ ਹੈ ਬੰਬੇ ਕਿਉਂਕਿ ਇਹ ਇਹਨਾਂ ਨੇ ਗਰਾਹ ਗਲਤ ਪੈ ਗਏ ਇਹ ਦਿੱਲੀ ਦੇ ਪਾਰਲੀਮੈਂਟ ਦੇ ਉੱਥੇ ਕਿਹੜਾ ਜੀ ਐਕਟਿੰਗ ਹੁੰਦੀ ਹੈ ਜਾਂ ਉੱਥੇ ਕਿਹੜਾ ਸ਼ੂਟਿੰਗ ਹੁੰਦੀ ਹੈ ਸਰ ਆਪਣੇ ਪੱਧਰ ਤੇ ਕਹਿੰਦੇ ਫਿਰਦੇ ਅਸੀਂ ਵੀ ਜਿਨ੍ਹਾਂ ਨੂੰ ਸਵਾਲ ਕੀਤਾ ਕਿ ਤੁਸੀਂ ਕਿਉਂ ਪ੍ਰਚਾਰ ਕਰ ਰਹੇ ਹੋ ਇਕ ਤਾਂ ਕਹਿੰਦੇ ਕਿ ਸਾਡੀਆਂ ਦੋਸਤਾਂ ਕਰਮਜੀਤ ਤਨਮੋਲ ਦਾ ਦੂਸਰਾ ਉਹ ਕਹਿੰਦੇ ਕਿ ਕਲਾਕਾਰਾਂ ਦੇ ਦਿਲ ਬੜੇ ਕੋਮਲ ਹੁੰਦੇ ਆ ਲੋਕਾਂ ਦੀ ਨਬਜ਼ ਪਛਾਣਦੇ ਆ ਕਿ ਮੁੱਦਾ ਕੀ ਹੈ ਲੋਕਾਂ ਦੇ ਮੁੱਦੇ ਹੱਲ ਕਿਵੇਂ ਕਰਨੇ ਆ ਕਰਮਜੀਤ ਵੀ ਦਾਵਾ ਕਰਦਾ ਨਹੀਂ ਜੀ ਨਹੀਂ ਪਹਿਲਾਂ ਕਲਾਕਾਰ ਜਿਤਾਈ ਲਿਆ ਭਗਵੰਤ ਮਾਨ ਕੀ ਕਰਤਾ ਜੀ ਭਗਵੰਤ ਮਾਨ ਨਾ ਕਲਾਕਾਰੀ ਹੈ ਨਾ ਹਾਂ ਇਹਨੂੰ ਤਾਂ ਲੋਕ ਦੇਖੋ ਇਹ ਜਿਹੜੀ ਆਮ ਆਦਮੀ ਪਾਰਟੀ ਆਈ ਸੀ ਨਾ ਇਹਦੀ ਕੋਈ ਕ੍ਰੈਡਿਬਿਲਟੀ ਨਹੀਂ ਸੀ ਇਹਨਾਂ ਕੁਝ ਕੀਤਾ ਨਹੀਂ ਸੀ ਇਹ ਸਿਰਫ ਕਾਂਗਰਸ ਤੇ ਬਾਦਲ ਦਾ ਵਿਰੋਧ ਸੀ ਬੇਸਿਕਲੀ ਜਿਹੜੀ ਗੱਲ ਸੀ ਇਹ ਕਾਂਗਰਸ ਤੇ ਬਾਦਲ ਦਾ ਵਿਰੋਧ ਸੀ ਅੱਜ ਲੋਕੀਏ ਲੱਗੇ ਕਹਿਣੀਆਂ ਰੀ ਦੇ ਨਾਲੋਂ ਤਾਂ ਉਹ ਹੀ ਚੰਗੇ ਸੀ ਹੁਣ ਅਕਾਲੀ ਦਲ ਬਾਦਲ 1920 ਚ ਬਣਿਆ ਸੀ 100 ਸਾਲ ਪਹਿਲਾਂ ਉਸ ਤੋਂ 100 ਸਾਲ ਬਾਅਦ ਆ ਕੇ ਲੋਕ ਆ ਕੇ ਹੈ ਹੈਨਾ ਨਹੀਂ ਸਾਥ ਹੀ ਰਿਆ ਹੁਣ ਲੋਕ ਪਿੱਛੇ ਹਟੇ ਸ਼ਰੋਮਣੀ ਅਕਾਲੀ ਦਲ ਤੋਂ ਇਹਨਾਂ ਤੋਂ ਤਾਂ ਡੇਢ ਸਾਲ ਚ ਹੀ ਆਕ ਗਏ